ਹਾਂਜੀ ਪੰਨੂ ਸਾਹਿਬ, ਅੱਜ ਫਤਿਹਗੜ੍ਹ ਆਏ ਹੋ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਜੀ ਧੰਨਵਾਦ ਸਾਡਾ ਵੀਰ ਮਾਧਵ ਬੇਦੀ, ਜਿਹੜੇ ਸੂਬਾ ਸਕੱਤਰ ਸਨ ਅਕਾਲੀ ਦਲ ਪਾਰਟੀ ਦੇ, ਅਕਾਲੀ ਦਲ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਸਾਡੀ ਸਾਰੇ ਫਤਿਹਗੜ੍ਹ ਜੂੜੀਆਂ ਦੀ ਟੀਮ, ਸਾਡਾ ਵੀਰ ਰਾਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ, ਸੋਨੀ ਸਾਹਿਬ ਐਮ ਸੀ, ਵਿਰਦੀ ਸਾਹਿਬ ਸਾਡੇ ਭਰਾ, ਸਾਡਾ ਤੇਜਵਿੰਦਰ ਸ਼ਹਿਰੀ ਪ੍ਰਧਾਨ, ਹੁਣ ਵਿਰਦੀ ਸਾਹਿਬ ਨੂੰ ਅੱਜ ਅਸੀਂ ਨਿਯੁਕਤ ਕੀਤਾ ਹੈ ਸ਼ਹਿਰੀ ਵਾਈਸ ਪ੍ਰਧਾਨ, ਸਾਡਾ ਵੀਰ ਆਸ਼ੂ, ਸਾਰੀ ਸਾਡੀ ਟੀਮ, ਡਾਕਟਰ ਸਾਹਿਬ ਸਾਡੇ ਮੰਗਲ ਸਾਹਿਬ ਜੀ, ਸਾਡਾ ਵੀਰ ਡਾਕਟਰ ਨੂਬ ਜੀ, ਜਿੰਨੇ ਵੀ ਫਤਿਹਗੜ੍ਹ ਜੂੜੀਆਂ ਦੀ ਟੀਮ ਹੈ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਸਾਡਾ ਭਰਾ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਹੈ। ਔਰ ਮੈਂ ਭਰਾ ਨੂੰ ਅੱਜ ਵਚਨ ਵੀ ਦਿੰਦਾ ਵੀ ਜਿੱਦਾਂ ਭਰਾ ਪਾਰਟੀ ਦੇ ਵਿੱਚ ਕੰਮ ਕਰੂਗਾ, ਭਰਾ ਨੂੰ ਉੱਦਾਂ ਦਾ ਮਾਣ ਸਨਮਾਨ ਦਿੱਤਾ ਜਾਊਗਾ। ਹੋਰ ਵੀ ਜਿੰਨੇ ਵੀ ਭਰਾ ਫਤਿਹਗੜ੍ਹ ਸ਼ਹਿਰ ਦੇ ਵਿੱਚੋਂ ਮੈਨੂੰ ਕਈ ਫੋਨ ਆਏ ਨੇ, ਕਾਫੀ ਮੈਨੂੰ ਫੋਨ ਆ ਰਹੇ ਨੇ ਜੁਆਇਨਿੰਗਾਂ ਦੇ, ਥੋੜ੍ਹੇ ਦਿਨਾਂ ਦੇ ਵਿੱਚ ਹੋਰ ਵੀ ਭਰਾਵਾਂ ਨੂੰ ਅਸੀਂ ਜੁਆਇਨ ਕਰਨ ਜਾ ਰਹੇ ਨੇ। ਉਹ ਜਿੱਦਾਂ ਜਿੱਦਾਂ ਭਰਾ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ, ਜਿਹੜੀਆਂ ਜਿਹੜੀਆਂ ਆਸਾਂ ਵੀ ਇੱਦਾਂ ਲੈ ਕੇ ਆ ਰਹੇ ਨੇ, ਜਿੱਦਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਨਗੇ, ਉਸੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਜਾਊਗਾ। ਔਰ ਸ਼ਹਿਰ ਦੇ ਵਿਕਾਸ ਦੀ ਅੱਜ ਮੈਂ ਸਾਰੀ ਸੰਗਤ ਦੇ ਨਾਲ ਗੱਲ ਵੀ ਕੀਤੀ ਹੈ। ਸ਼ਹਿਰ ਦੇ ਵਿੱਚ ਬਿਜਲੀ ਦੀ ਮੇਨ ਜੋ ਪ੍ਰੋਬਲਮ ਆ ਰਹੀ ਹੈ ਬਿਜਲੀ ਦੀ, ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸ਼ਹਿਰ ਦੇ ਵਿੱਚ ਲੋਡ ਦੀ ਬੜੀ ਪ੍ਰੋਬਲਮ ਹੈ, ਮੇਰੀ ਹਰ ਘਰ ਨੂੰ ਬੇਨਤੀ ਹੈ ਵੀ ਜਿੰਨਾ ਜਿੰਨਾ ਵੀ ਜਿਹਦੇ ਦਾ ਬਿਜਲੀ ਦਾ ਲੋਡ ਕਰਦਾ ਹੈਗਾ, ਲੋਡ ਜ਼ਰੂਰ ਵਧਾਓ ਤਾਂ ਜੋ ਰਾਤ ਨੂੰ ਬਿਜਲੀ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਵੀ ਨਾ ਆ ਸਕੇ। ਲੋਡ ਦੇ ਹਿਸਾਬ ਨਾਲ ਮੈਂ ਚਾਹੁੰਦਾ ਵਾਂ, ਮੈਸੀ ਸਾਹਿਬ ਨਾਲ ਵੀ ਗੱਲ ਕੀਤੀ ਸੀ, ਐਕਸੀਨ ਸਾਹਿਬ ਨਾਲ, SDO ਸਾਹਿਬ ਨਾਲ, ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨ ਨੂੰ ਕਿਹਾ ਹੈ ਵੀ ਘਰਾਂ ਦਾ ਜੇ ਲੋਡ ਵੱਧ ਜਾਂਦਾ ਹੈ ਅਤੇ ਘਰਾਂ ਦੇ ਲੋਡ ਵਧਣ ਦੇ ਕਾਰਨ ਅਸੀਂ ਸ਼ਹਿਰ ਦੇ ਵਿੱਚ ਹੋਰ ਟਰਾਂਸਫਾਰਮ ਲਾ ਸਕਦੇ ਹਾਂ। ਮੈਂ ਚਾਹੁੰਦਾ ਵੀ ਸ਼ਹਿਰ ਦੇ ਵਿੱਚ 5 ਤੋਂ 6 ਵੱਡੇ ਟਰਾਂਸਫਾਰਮ ਹੋਰ ਲੱਗਣ, ਜਿਹੜੀ ਕਿਸੇ ਵੀ ਘਰ ਨੂੰ, ਕਿਸੇ ਬੱਚੇ ਨੂੰ, ਕਿਸੇ ਪਰਿਵਾਰ ਨੂੰ ਬਿਜਲੀ ਦੀ ਕੋਈ ਇੱਦਾਂ ਦੀ ਮੁਸ਼ਕਲ ਆਵੇ, ਇਹ ਮੇਰੀ ਬੇਨਤੀ ਹੈ। ਔਰ ਸੀਵਰੇਜ ਦੇ ਬਾਰੇ ਮੇਰੀ ਅੱਜ ਗੱਲ ਹੋਈ ਹੈ, ਜੇ ਕਿਸੇ ਵੀ ਵਾਰਡ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਹੈ, ਤੁਸੀਂ ਦਫ਼ਤਰ ਦੇ ਵਿੱਚ 9 ਤੋਂ 4 ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਕੇ ਦੱਸ ਸਕਦੇ ਜੀ। ਜੇ ਕੋਈ ਗਲਤ ਕਾਰਗੁਜ਼ਾਰੀ ਸ਼ਹਿਰ ਦੇ ਵਿੱਚ ਕਰਦਾ, ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਜਾਂ ਕੋਈ ਗਲਤ ਕਾਰਵਾਈ ਕਰਦਾ, ਉਹ ਵੀ ਤੁਸੀਂ ਗੁਪਤ ਤੌਰ 'ਤੇ 9 ਤੋਂ 4 ਵਜੇ ਤੱਕ ਅਸੀਂ ਤੁਸੀਂ ਦਫ਼ਤਰ 'ਚ ਆ ਕੇ ਲਿਖਾ ਸਕਦੇ ਜੇ, ਮੈਨੂੰ ਤੁਸੀਂ ਪਰਸਨਲ ਆ ਕੇ ਮਿਲ ਸਕਦੇ ਜੇ। ਜੇ ਤੁਸੀਂ ਮੈਨੂੰ ਪਰਸਨਲ ਆ ਕੇ ਦੱਸ ਦਿੱਤਾ, 10 ਦਿਨਾਂ ਦੇ ਵਿੱਚ ਤੁਸੀਂ ਉਹਦੀ ਅਪਡੇਟ ਜ਼ਰੂਰ ਲੈਣੀ ਆ। ਉਹਦੇ ਤੋਂ ਇਲਾਵਾ ਮੇਰੀ ਇੱਕ ਹੋਰ ਬੇਨਤੀ ਹੈ, ਮੈਨੂੰ ਬੜਾ ਕੁਝ ਸੁਣਨ ਨੂੰ ਮਿਲਦਾ ਜੀ, ਉਹਨੇ ਪੈਸੇ ਲੈ ਲਏ ਜੀ, ਉਹਨੇ ਪੈਸੇ ਲੈ ਲਏ ਜੀ, ਪ੍ਰਸ਼ਾਸਨ 'ਚ ਇੱਦਾਂ ਹੋ ਗਿਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਸੇ ਨੂੰ ਕਿਸੇ ਵੀ ਕੰਮ ਦੇ ਪੈਸੇ ਨਾ ਦਿਓ। ਮੇਰੀ ਪਬਲਿਕ ਨੂੰ ਬੇਨਤੀ ਹੈ, ਪੈਸੇ ਨਾ ਦਿਓ। ਜੇ ਤੁਹਾਡਾ ਕੋਈ ਕੰਮ ਕਿਸੇ ਤਰ੍ਹਾਂ ਦਾ ਅੜਦਾ, ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇਜਵਿੰਦਰ ਸਿੰਘ ਆ, ਵਿਰਦੀ ਸਾਹਿਬ ਨੇ ਇਹ ਦਫ਼ਤਰ ਦੇ ਵਿੱਚ 9 ਤੋਂ 2 ਵਜੇ ਤੱਕ ਬੈਠੇ ਹੁੰਦੇ ਨੇ। ਜਿਹੜਾ ਕੋਈ ਲੱਗਦਾ ਤੁਹਾਨੂੰ ਤੁਹਾਡਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਕੰਮ ਨਹੀਂ ਕਰਦਾ, ਤੁਸੀਂ ਇਹਨਾਂ ਨੂੰ ਨੋਟ ਕਰਾਓ। ਜੇ ਇਹ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਤੁਸੀਂ ਦੂਸਰੇ ਦਿਨ ਮੈਨੂੰ 9 ਵਜੇ ਆ ਕੇ ਦਫ਼ਤਰੇ, 10 ਵਜੇ ਆ ਕੇ ਮੇਰੇ ਫੋਨ 'ਤੇ, ਜਿਹੜਾ ਮੇਰਾ ਸ਼ਹਿਰ ਵਾਸੀਆਂ ਵਾਸਤੇ ਨੰਬਰ ਚੱਲ ਰਿਹਾ 90 1 86 4 0 2, ਜਿਹੜਾ ਮੇਰਾ ਸ਼ਹਿਰ ਵਾਸਤੇ, ਕਿਉਂਕਿ ਇੱਕ ਮੈਂ ਅਲੱਗ ਅਲੱਗ ਟੀਮਾਂ ਬਣਾਈਆਂ ਨੇ, ਦਸਾਂ ਉੱਤੇ ਪਿੰਡਾਂ ਦੇ ਉੱਤੇ ਮੈਂ ਆਪਣੀ ਪਰਸਨਲ ਟੀਮ ਦੇ ਮੈਂਬਰ ਵੀ ਲਾਏ ਨੇ 90 1 86 4 0 2, ਜਿਹੜਾ ਮੇਰਾ ਫਤਿਹਗੜ੍ਹ ਸ਼ਹਿਰ ਵਾਸਤੇ ਨੰਬਰ ਚੱਲ ਰਿਹਾ। ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਹਾਡਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਨਹੀਂ ਕੰਮ ਕਰਦਾ, ਤੁਸੀਂ ਮੇਰੇ ਨੰਬਰ 'ਤੇ ਦੱਸੋ, ਪਹਿਲਾਂ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਦੱਸੋ। ਜੇ ਫਿਰ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਤਾਂ ਤੁਸੀਂ ਮੇਰੇ ਨੰਬਰ 'ਤੇ ਦੱਸ ਦਿਓ, ਮੈਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਊਂਗਾ।